जी दोस्तों आ गए हूँ अपनी वीडियो दही आज का जोड़ा काम है दूजे दिन शुरू हो गए तो जाल फिट करेने पैन पल्या माशाला और मेरे चैनल में जरूर सबसक्राइब करना है और मेरे फेसबुक फेसबुक पेज में फॉलो करना है और अपने दोस्तों नाल शेयर करना है अच्छे तो सामने ये जाल बनती है और जाल में फिट करेने पैण पल्या इन शाला पल मुकम्मल हो गए ठीक है ਤੇ ਇਹ ਬਿਲਕੁਲ ਯਾਰ ਫਿੱਟ ਕਰੇ ਨੇ ਮੈਂ ਬੜੇ ਤਸੱਲੀ ਨਾਲ ਕੰਮ ਕੀਤਾ ਵੇ ਨਾ ਬੇ ਔਰ ਬਿਹਤਰੀਨ ਕੰਮ ਕੀਤਾ ਵੇ ਨਾ ਮੈਂ ਠੀਕ ਹੈ ਇਸ ਟਾਈਮ ਜਾਲ ਫਿੱਟ ਕਰੇ ਨੇ ਮੈਂ ਔਰ ਇਹਨਾਂ ਨੂੰ ਮੈਂ ਕਹਿ ਜਰਾ ਜਾਲ ਨੂੰ ਸਹੀ ਅੱਛੀ ਤਰ੍ਹਾਂ ਛੇਕ ਕੇ ਲਾਉਣਾ ਹੈ ਤਾਂ ਕਿ ਅੱਛੀ ਔਰ ਖੂਬਸੂਰਤ ਛਿਕਾਈ ਹੋ ਸੀ ਠੀਕ ਹੈ ਫਿਲਹਾਲ ਇਹ ਜਾਲ ਫਿੱਟ ਕਰੇ ਨੇ ਮੈਂ ਦੋਸਤੋ ਦੇਖ ਸਕਦੇ ਹੋ और अच्छी चना जाली में मंगवाइए और चना जाल लेना ताकि इसी कबूतर ज़ख्मी ना हों और कबूतर के खाम डीगे ना हो ठीक है और कबूतर दे चंबे वगैरह जख्मी ना हों ठीक है ये जाल कपे नहीं बड़ी गोल जाली है बड़ी खूबसूरत जाली है तो इनशाला फ्रंट वाला पला तैयार होना पे तो माशाल्ला ਕੰਮ ਜਾਰੀ ਹੋ ਸਾਰੀਏ ਠੀਕ ਹੈ ਇਸ ਤੋਂ ਬਾਅਦ ਵਾ ਛਾਤਾ ਲਾ ਪੱਲਾ ਫਰੰਟ ਲਾ ਪੱਲਾ ਇਹ ਨੂੰ ਬਹੁ ਮੁਸ਼ਕਿਲ ਹੈ ਇਨਸ਼ਾਅੱਲਾ ਇਹ ਬਣ ਦੇਣ ਤੋਂ ਬਾਅਦ ਸਮਝੋ ਕੰਮ ਮੁਕੰਮਲ ਹੋਵੇ ਸੀ ਨੇੜੇ ਲੱਗਵੇ ਸੀ ਤੇ ਇਹ ਫਿਲਹਾਲ ਪੱਲਾ ਬਣੇ ਨੇ ਬੈਨ ਠੀਕ ਹੈ ਇਸ ਤੋਂ ਬਾਅਦ ਪਤਾ ਲੱਗ ਸੀ ਕਿਉਂਕਿ ਫਰੰਟ ਵਾਲੇ ਤੇ ਵੀ ਦਰਵਾਜ਼ੇ ਲੱਗਣੇ ਹਨ ਔਰ ਉਹ ਤਲੇ ਛਾਤ ਵਾਲੇ ਪੱਲੇ ਤੇ ਦਰਵਾਜ਼ੇ ਲੱਗਣੇ ਇਹ ਹੁਣ ਪਤਾ ਨਹੀਂ ਛੱਤ ਵਾਲਾ ਮੋਲੇ ਨੇ ਪੈਨ ਜਾਂ ਫਰੰਟ ਵਾਲਾ ਦੇਖਸਾਂ ਜਿਸ ਟਾਈਮ ਬਣਸੀ ਤਾਂ ਤੁਹਾਨੂੰ ਦੇਖਸਾਂ ਔਰ ਤੁਹਾਨੂੰ ਵੀ ਪਤਾ ਲੱਗ ਵੇਸੀ ਠੀਕੇ ਇਹ ਸਲਾਈਡਿੰਗ ਦਰਵਾਜ਼ੇ ਲੈਣੇ ਪੈਣ ਮਤਲਬ ਇਹ ਤਲਵਾ ਫਰੰਟ ਵਾਲਾ ਪੱਲਾ ਬਣਦਾ ਪਏ ਔਰ ਇਸੇ ਸਲਾਈਡਿੰਗ ਦਰਵਾਜ਼ੇ ਵੀ ਲੱਗ ਵੇਸੋਂ ਠੀਕੇ ਔਰ ਉੱਤੇ ਵੀ ਸਲਾਈਡਿੰਗ ਵਾਲੇ ਦਰਵਾਜ਼ੇ ਲੱਗਣੇ ਨੇ ਠੀਕੇ ਇਹ ਛੋਟੇ ਦਰਵਾਜ਼ੇ ਬਣ ਗਏ ਨੇ ਫਰੰਟ ਵਾਲੇ ਔਰ ਆਇ ਨਵਾਂ 우ਸਤਾਦ ਵੀ ਆ ਗਏ ਤੇ ਇਹਦੀ ਵੀ ਸਪੀਡ ਬੜੀ ਅੱਛੀ ਏ ਮੇਰੇ ਖਿਆਲ ਚ ਆਜੇ ਕੰਮ ਮੁਕਾਉਣ ਦੇ ਚੱਕਰ ਚ ਇਹਨਾਂ ਲੇਕਿਨ ਕੰਮ ਮੁੱਕ ਨਹੀਂ ਸਕਦਾ ਕੰਮ ਬੂਰਨ ਹੈ ਠੀਕ ਹੈ ਇੱਕ ਦਿਨ ਹੋਰ ਆਵੇ ਸੀ ਤਕਰੀਬਨ ਹੀ ਤਕਰੀਬਨ ਇੱਕ ਦਿਨ ਹੋਰ ਆਵੇ ਸੀ ਤਰਾਇਲੀਆਂ ਤੋਂ ਕੰਮ ਹੈ ਇਨਸ਼ਾਅੱਲਾ ਮੁਕੰਮਲ ਹੋਵੇ ਸੀ ਬਾਜ ਦੂਜੇ ਦਿਨ ਤੇ ਦੂਜੇ ਦਿਨ ये फिलहाल काम मुकम्मल नहीं कर सके और टाइम ही शाम का हो गया तो सामने सवेरे देने शाम तक काम लोग लगे रहने ठीक है और इस तू तो बाद इन शटेप बाय स्टैप तोडियो मिलते और अगर तुम वीडियो मेरी दे दे तो इस वीडियो ने लाइक भी लाजमी करना है ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਨਾ ਹੈ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਹੈ ਤਾਂ ਕਿ ਇਨਸ਼ਾਅੱਲਾ ਇਹ ਜਿਸ ਟਾਈਮ ਜਾਲ ਬਣ ਸੇ ਤਾਂ ਤੁਹਾਨੂੰ ਦੇਖ ਵਸਾਂ ਤਾਂ ਬੜੀ ਖੁਸ਼ੀ ਤੇ ਸੀ ਤੁਹਾਨੂੰ ਤੇ ਇਸ ਤਰੀਕੇ ਦੀ ਅਗਰ ਤੁਸੀਂ ਜਾਲ ਬਣੇ ਸੋ ਤੇ ਇਹ ਹੁਣ ਸਲਾਈਡਿੰਗ ਦਰਵਾਜ਼ੇ ਦੀ ਤਿਆਰੀਆਂ ਠੀਕ ਹੈ ਇਹ ਹੁਣ ਸਲਾਈਡਿੰਗ ਦਰਵਾਜ਼ੇ ਲੱਗਦੇ ਪੈਣ ਉੱਤੇ ਇਹ ਦੂਜਾ ਐਂਗਲ ਲੱਗਦਾ ਪੇ ਦੱਸਣ ਦਾ ਇਹ ਮਕਸਦ ਹੈ ਔਰ ਇਸ ਵੀਡੀਓ ਨੂੰ ਤੁਹਾਨੂੰ ਦੇਖਣ ਦਾ ਇਹ ਫਾਇਦਾ ਹੈ ਕਿ ਤੁਸੀਂ ਵੀ ਸਲਾਈਡਿੰਗ ਦਰਵਾਜ਼ੇ ਜਿਸ ਟਾਈਮ ਬਣਵੇ ਸੋ ਤ ਮਿਸਤਰੀ ਨਾ ਸਕਦੇ ਹੋ ਕਿ ਉੱਤੇ ਵੀ ਐਂਗਲ ਲਾਉਣਾ ਹੈ ਤੱਲੇ ਵੀ ਤੱਲੇ ਵੀ ਪੱਲਾ ਟਰੂਸੀ ਔਰ ਉੱਤੇ ਵੀ ਪੱਲਾ ਟਰੂਸੀ ਬੜਾ ਜ਼ਬਰਦਸਤ ਔਰ ਖੂਬਸੂਰਤ ਨਿਜ਼ਾਮ ਬਣਦਾ ਤੇ ਠੀਕ ਹੈ ਕਟਿੰਗ ਤੇ ਸ਼ੁਰੂ ਹੈ ਕੰਮ ਜਾਰੀ ਹੋ ਸਾਰੀਏ ਇਹ ਪੱਲਾ ਫਿਟ ਕਰੇ ਨੇ ਬਾਇਆ ਇਹ ਸਲਾਈਡਿੰਗ ਵਾਲਾ ਮਾਸ਼ਾਅੱਲਾ ਇਹ ਤਲਵਾ ਪੱਲਾ ਫਿਟ ਹੋ ਗਏ ਇਹ ਇਤਲਮ ਪਹਿਲਾ ਫੇਟੋਗੇ ਉਤੇ ਛੱਤ ਦਾ ਤਿਆਰੇ ਉਹਨਾਂ ਪੇ ਇਹ ਹੁਣ ਦੂਜਾ ਪੱਲਾ ਸਲਾਈਡਿੰਗ ਵਾਲਾ ਦਰਵਾਜ਼ਾ ਛੱਤ ਤੇ ਜਿਹੜੇ ਦਰਵਾਜ਼ਾ ਦਿਆਂ ਦੋ ਦਰਵਾਜ਼ੇ ਲੱਗ ਚੁੱਕੇ ਹਨ ਠੀਕ ਹੈ ਇਹ ਦੋ ਦਰਵਾਜ਼ੇ ਲੱਗ ਚੁੱਕੇ ਹਨ ਥੋੜਾ ਜਿਹਾ ਅੜਗੇ ਇਹ ਇਹ ਅਗੇ ਫਰੰਟ ਨੂੰ ਖੁੱਲਸੀ ਉਹ ਬੈਕ ਨੂੰ ਖੁੱਲਸੀ ਇਹ 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 ਸਮਝ ਲੱਗਦੀ ਭਈ ਇਸ ਤਰੀਕੇ ਨਾਲ ਬੜਾ ਜ਼ਬਰਦਸਤ ਜਾਲ ਬਣਸੀ ਜਿਸ ਟਾਈਮ ਤਿਆਰ ਹੋ ਸੀ ਉਸ ਟਾਈਮ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਮਜ਼ੇਦਾਰ ਜਲਮਣ ਸੀ ਤੁਮ ਜ਼ਰੂਰ ਡਿਕ ਸਾ ਸਾਰਾ ਕੰਮ ਇਨਸ਼ਾਅੱਲਾ ਜਾਰੀ ਰਾਹੀਂ ਸੀ ਤੇ ਹੁਣ ਗਿੰਦਿਆ ਇਜਾਜ਼ਤ ਤੇ ਮਿਲਿਆ ਨੈਕਸਟ ਕਿਸਤ ਨਾਲ ਤੇ ਹੁਣ ਆਪਣਾ ਖਿਆਲ ਰੱਖੋ ਤੇ ਆਪਣੇ ਚਾਹਣਾ ਲੈਦਾ ਖਿਆਲ ਰੱਖੋ ਅੱਲਾ ਹਾਫਿਜ਼